ਇੰਨੇ ਸੋਹਣੇ ਸੁਨੱਖੇ ਦੇ ਵਾਲ ਸੀ, ਲਾ ਲਾ ਸਪਰੇਆਂ ਵੈਕਸਾਂ ਵੈਂ ਚੋ ਟੋਪੀ ਪਾਵਾਂ ਖੱਸੀ ਵਾਲੀ ਵਾਲਾਂ ਨੂੰ। ਇਹ ਇੱਧਰ ਨੂੰ ਜਾਊਗੀ ਜ਼ਿਆਦਾ, ਇੱਦਾਂ ਨਹੀਂ ਜਾਊਗੀ, ਇੱਦਾਂ ਸਿੱਧੀ ਤਾਂ ਲੇਡੀਜ਼ ਦੀ ਹੁੰਦੀ ਹੈ। ਓਕੇ ਮੈਨਸ ਦੀ ਖਾਲੀ ਹੋਏ ਬਿਨੇ ਆ ਤਾਂ ਇੱਦਾਂ ਹੀ ਹੋਊਗਾ, ਮੈਨਸ ਦੀ ਤਾਂ ਰਾਉਂਡ ਹੀ ਹੁੰਦੀ ਹੈ ਇੱਦਾਂ। ਠੀਕ ਆ, ਡਾਕਟਰ ਸਾਹਿਬ ਕਾਰਨ ਗਿਆ ਹੁੰਦਾ ਵਾਲ ਝੜਨੇ ਦਾ? ਬੋੜੇ ਰੀਜ਼ਨ ਹੁੰਦੇ ਆ ਇੱਕ ਤਾਂ ਟੱਚ ਟੁਚ ਨਾ ਕਰਾਈ, ਕਹਿੰਦਾ ਰੱਖੇ ਹੋਏ ਨੇ ਇਹ ਉੱਪਰ, ਜੇ ਰਗੜ ਪੈ ਗਈ ਤਾਂ ਨਿਕਲ ਜਾਣੇ ਆ ਜੋ ਕੰਮ ਖਰਾਬ। ਫੇਰ ਕੀ, ਕੁਛ ਨੀ ਦਵਾਈ ਪਰਹੇਜ਼ ਕੀ ਕੀਤਾ ਕਿਆ ਨੇ ਜੋ ਮਰਜ਼ੀ ਖਾਓ ਪਿਓ। ਹਾਂਜੀ ਗੁੱਡ ਮਾਰਨਿੰਗ ਜੀ, ਕਿਵੇਂ ਹੋ ਸਾਰੇ? ਤੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਤੇ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਕਿ ਡੇਲੀ ਵਲੋਗ ਆਇਆ ਕਰੂਗੇ, ਡੇਲੀ ਨਹੀਂ ਆਣਗੇ ਤਾਂ ਇੱਕ ਦੋ ਦਿਨ ਛੱਡ ਕੇ ਆਣਗੇ, ਤੇ ਹੁਣ ਵਲੋਗ ਰੈਗੂਲਰ ਆਇਆ ਕਰੂਗੇ। ਤੇ ਸਵੇਰ ਦੇ ਵੱਜ ਗਏ 5:30, ਅੱਜ ਸੁੱਤੇ ਹੀ ਨਹੀਂ ਹੈਗੇ ਆਪਾਂ ਰਾਤ ਦੇ, ਅਤੇ ਸਵੇਰ ਹੋ ਗਈ ਹੈ ਜੀ। ਅਤੇ ਅੱਜ ਆਪਾਂ ਜਾਣਾ ਆ ਅਤੇ ਸੈਵੀ ਭਰਾ ਦੇ ਵਾਲ ਜਿਹੜੇ ਟਰਾਂਸਪਲਾਂਟ ਕਰਾਉਣ ਜਾਣੇ ਆ, ਨਵੇਂ ਵਾਲ ਲਵਾਉਣੇ ਆ ਵਾਲ, ਅਤੇ ਤੁਹਾਨੂੰ ਸਾਰਾ ਕੁਛ ਦਿਖਾਉਂਦੇ ਹਾਂ ਉੱਥੇ ਜਾ ਕੇ, ਕਿੱਥੇ ਚੱਲੇ ਆਪਾਂ ਕਿੱਥੇ ਨਹੀਂ। ਅਤੇ ਕੱਪੜੇ ਹੋ ਰਹੇ ਪ੍ਰੈਸ ਸਵੇਰੇ ਸਵੇਰੇ, ਮੈਂ ਕਿਹਾ ਕੋਈ ਨਰਸ ਨੁਰਸ ਪਸੰਦ ਆ ਜਾਂਦੀ ਆ ਹਸਪਤਾਲ ਦੇ ਵਿੱਚ, ਹੋਰ ਤਾਂ ਉੱਥੇ ਸਾਡਾ ਕੋਈ ਕੰਮ ਹੈ ਨਹੀਂ। ਅਤੇ ਹੁਣ ਚੱਲੀਏ, ਉਹ ਤੋਂ ਬਾਅਦ ਸੈਵੀ ਆਉਂਦਾ ਪਿਆ, ਸੈਵੀ ਚੱਲਾ, ਮੈਂ ਚੱਲਾਂ, ਦਪਾਂਸ਼ੂ ਚੱਲਾ, ਸਿਕੰਦਰ ਚੱਲਾ, ਭਵੇਸ਼ ਚੱਲਾ, ਵਾਸੂ, ਸਾਰੇ ਭਰਾ ਚੱਲੇ ਆ, ਕਿਉਂਕਿ ਆਪਾਂ ਚਾਰਾਂ ਨੇ ਚਿੱਲ ਫਨ ਕਰਨਾ ਆ ਅਤੇ ਉਹਨੇ ਵਾਲ ਲਵਾਉਣੇ ਆ, ਉਹ ਵਿਚਾਰੇ ਨੇ ਦੁੱਖ ਸਹਿਣਾ, ਅੱਜ ਉਹਦੇ ਵਾਲ ਥੋੜ੍ਹੇ ਜ਼ਿਆਦਾ ਆ, ਡਾਕਟਰਾਂ ਨੂੰ ਦੇਣ ਚੱਲਾ ਉਹ। ਅਤੇ ਚਲੋ ਮਿਲਦੇ ਹਾਂ ਅੱਗੇ, ਮਿਲਾਉਂਦਾ ਤੁਹਾਨੂੰ ਸਾਰਿਆਂ ਨਾਲ, ਲਵ ਯੂ। ਹਾਂਜੀ ਵੀਰੋ, ਅਤੇ ਆਪਾਂ ਹਸਪਤਾਲ ਪਹੁੰਚ ਚੁੱਕੇ ਹਾਂ, ਅਤੇ ਪਹਿਲਾਂ ਪੇਸ਼ੈਂਟ ਇੱਦਾਂ ਦਾ ਜਿਹੜਾ ਡਾਕਟਰ ਨੂੰ ਵਾਲ ਦੇਣ ਆਇਆ, ਵਾਲ ਲੈਣ ਨਹੀਂ ਆਇਆ, ਵਾਲ ਦੇਣ ਆਇਆ ਡਾਕਟਰ ਜੀ। ਇਹ ਦੇਖੋ ਜੀ ਆਪਣਾ ਭਰਾ ਆ, ਇੰਨੇ ਸੋਹਣੇ ਸੁਨੱਖੇ ਦੇ ਵਾਲ ਸੀ, ਲਾ ਲਾ ਸਪਰੇਆਂ ਵੈਕਸਾਂ ਵੈਂ ਚੋ ਖੱਸੀ ਵਾਲੀ ਵਾਲਾਂ ਨੂੰ, ਇੱਧਰ ਵੀ ਇਹੀ ਵਾਲਾ ਚੱਕ ਕੇ ਦਿਖਾ ਤੁਹਾਨੂੰ, ਸੈਡ ਤੋਂ ਤਾਂ ਚੱਕ ਕੇ ਦਿਖਾ, ਤੂੰ ਵੀ ਦਿਖਾ, ਇੱਧਰ ਵੀ ਦਿਖਾ। ਚਲੋ ਜੀ ਆਹ ਹਸਪਤਾਲ ਆ, ਕਿਹੜਾ ਲੈਂਡਮਾਰਕ ਹੋਸਪਿਟਲ ਆ ਚੁੱਕੇ ਆ ਆਪਾਂ, ਸਵੇਰ ਦੇ 5:30 ਦਾ ਟਾਈਮ ਲਿਆ ਸੀਗਾ, ਕਿੱਟੀ ਬੈਗ ਤਾਂ ਕੱਢ ਲਾ, ਚੁੱਪ 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 ਸਾਲੇ, ਉਹ ਹਸਪਤਾਲ ਚ ਨਾ ਹੱਸੀ ਆਈ ਉਹ, ਤੇ ਬਾਕੀ ਅਸੀਂ ਉੱਪਰ ਜਾ ਕੇ ਦੇਖਦੇ ਜੀ, ਦਿਖਾਉਂਦੇ ਆ ਡਾਕਟਰ ਨਾਲ ਮਿਲਾਉਂਦੇ ਆ। ਚਲੋ ਲੋ ਜੀ, ਸਾਨੂੰ ਬਾਰੇ ਬਾਰੇ ਬਾਤ ਆਇਆ, ਜਾਓ ਭਾਜੀ ਬਾਲ ਲਵਾ ਲਓ, ਤੇ ਆਪਣਾ ਭਰਾ ਚੱਲਾ ਅੰਦਰ, ਪੇਸ਼ੈਂਟ ਵਾਲੇ ਕੱਪੜੇ ਪਾਊ। ਓਏ ਸਾਲਿਓ, ਤੁਹਾਨੂੰ ਮਜ਼ਾਕ ਸੁਝੀ ਜਾਂਦਾ, ਤੁਸੀਂ ਉਹੀ ਗੱਲਾਂ ਫੁੱਦੂ ਮਾਰ ਲਈਆਂ, ਇਹਦੇ ਬਾਲ ਕਹਿੰਦਾ ਇੱਧਰ ਉੱਧਰ, ਕਹਿੰਦਾ ਜਾਓ ਭਾਈ ਬਾਲ ਲਵਾਓ, ਮੈਂ ਕਿਹਾ ਸਾਲਾ ਤੂੰ ਵੀ ਆ, ਤੇਰੇ 6 ਮਹੀਨੇ ਹੀ ਆ, ਤੇਰੇ 6 ਮਹੀਨੇ ਚੱਲ ਤਾਂ ਖਾ ਦੇ ਮੜੇ ਚੱਕ ਕੇ, ਉਹਦਾ ਸਾਈਡ ਤੋਂ ਸਾਈਡ ਤੋਂ ਉਹਦਾ ਹੱਥ ਮੈਂ ਆਪ ਹੀ ਕਰਦਾ ਆਪ ਉਹ ਵੀ ਉੱਤੇ ਜਾ ਕੇ ਕੁਛ ਤਾਂ ਕਰੀਏ, ਮਾਲ ਮਾਲ ਪਤਾ ਗੱਡੀ ਚ ਬਹਿ ਸ਼ੀਸ਼ੇ ਦੇਖ ਕੇ ਆਪਣੇ ਭਾਈ ਮਾੜਾ ਉਧਰ ਪਿੰਡ ਜੱਟ ਜੱਟ ਕਹਿੰਦੇ ਨੇ, ਡਬਈ ਜਾਵਾ ਸ਼ੇਖ, ਜੱਟ ਕਹਿੰਦੇ ਚੱਪਲਾਂ ਚ ਸ਼ੇਖ ਹੁੰਦਾ, ਬਜ਼ੁਰਗ ਇੱਧਰ ਨੂੰ ਜਾਊਗੀ ਜ਼ਿਆਦਾ, ਇੱਦਾਂ ਨਹੀਂ ਜਾਊਗੀ, ਇੱਦਾਂ ਸਿੱਧੀ ਤਾਂ ਲੇਡੀਜ਼ ਦੀ ਹੁੰਦੀ ਹੈ। ਓਕੇ
ਮੈਂਸ ਦੀ ਤਾਂ ਰਾਉਂਡ ਹੀ ਹੁੰਦੀ ਹੈ ਇੱਦਾਂ। ਠੀਕ ਆ, ਲੇਡੀਜ਼ ਦੀ ਸਿੱਧੀ ਸਿੱਧੀ ਹੁੰਦੀ ਹੈ। ਕਿੰਨੇ ਘੰਟੇ ਦਾ ਪ੍ਰੋਸੈਸ ਆ? ਉਹ ਖਾਧਾ ਨੀ ਹੋਇਆ, ਜ਼ਰੂਰੀ ਤਾਂ ਨੀ ਹੁੰਦਾ ਖਾ ਕੇ ਬਹਿਣਾ ਹੁੰਦਾ। ਖਾਧਾ ਨੀ ਹੋਇਆ ਕੁਛ, ਉੱਠ ਕੇ ਖਾ ਗਿਆ ਸਾਡੇ ਤੋਂ ਪਹਿਲਾਂ ਉੱਠੇ ਸੀ ਮੇਰੇ ਤੋਂ ਨਾਲ। ਚਾਹ ਬਹੁਤ ਆ ਇਹਦੇ ਵੱਲ ਲਵਾਉਣ ਦਾ। ਚਾਹ ਬਣਾ ਦੇ, ਕਹਿੰਦਾ ਚਾਹ ਬਹੁਤ ਆ ਜੀ, ਕਹਿੰਦਾ ਇਹਦੇ ਵੱਲ ਲਵਾਉਣ ਦਾ। ਮੈਨੂੰ ਦਿਖਾਈ ਮੁੜ ਕੇ ਕਿੱਦਾਂ ਲੈਣ ਲਈ ਆ ਇਹ ਲਾਈਨ ਨੂੰ, ਥੋੜ੍ਹੇ ਤੁਸੀਂ ਨੀਚੇ ਨੂੰ ਕਰਨਾ ਸੀਗਾ। ਮੇਰੇ ਕੋਲ ਉੱਪਰ ਨੂੰ ਹੋਈ ਹੋਣੀ ਹੈ, ਜਿਹੜੀ ਫਰੰਟ ਵਾਲੀ ਹੈ ਉੱਪਰ ਨੂੰ ਤਾਂ ਹੋਈ ਹੋਣੀ ਹੈ। ਫੋਰ ਫਿੰਗਰ ਹੁੰਦੀ ਹੈ। ਹਾਂ, ਇੰਨੇ ਹੀ ਫੋਰ ਫਿੰਗਰ ਤੋਂ ਘੱਟਾ, ਮਤਾਂ ਹੋਰ ਛੋਟਾ ਹੋ ਜਾਣਾ, ਥਰੀ ਫਿੰਗਰ। ਅੱਛਾ, ਨਹੀਂ ਨਹੀਂ ਉਹ ਤਾਂ ਇੱਥੇ ਤੱਕ ਤਾਂ ਠੀਕ ਆ। ਹਾਂ ਬਿਲਕੁਲ ਓਕੇ, ਦੇਖਾਂਗੇ ਬੇਟਾ ਤੈਨੂੰ ਵੀਡੀਓ 'ਚ ਦਿਖਾ ਦੇਣਾ ਇੱਕ ਵਾਰ। ਇੱਧਰ ਦੇਖ, ਇੱਧਰ ਕਰ, ਉੱਧਰ ਕਰ ਮਾਮਾ, ਇੱਧਰ ਕਰ। ਡਾਕਟਰ ਸਾਹਿਬ ਕਾਰਨ ਗਿਆ ਹੁੰਦਾ ਵਾਲ ਝੜਨੇ ਦਾ? ਬੋੜੇ ਰੀਜ਼ਨ ਹੁੰਦੇ ਆ ਬਸ। ਡਾਕਟਰ ਸਾਹਿਬ ਅਸੀਂ ਵੀ ਆਉਣ ਵਾਲੇ ਹਾਂ, ਆਹ ਸਾਰੇ ਤਿਆਰ ਹੁੰਦੇ ਪਏ, ਆਹ ਵੀ ਇੱਕ ਤਿਆਰ ਹੁੰਦੀ ਹੈ। ਹਾਂ ਹੁਣ ਠੀਕ ਆ, ਦੇਖਾਂ। ਪਰ ਆਹ ਚੀਜ਼ਾਂ ਤਾਂ ਨਹੀਂ ਹੈਗੀਆਂ ਮੇਨ, ਆਹੀ ਆਹੀ ਆ। ਠੀਕ ਆ, ਉੱਦਾਂ ਦਾ ਸਾਫ ਹੀ ਦੇਖਣਾ ਵੀ ਆਪਾਂ ਕਰਵਾਇਆ। ਨਹੀਂ ਨਹੀਂ ਚੱਲ, ਜਿਵੇਂ ਵੀ ਲਗਾਓਗੇ ਕੀ ਖਰਾਬ ਕਰੂਗਾ ਆਹ ਚੀਜ਼? ਆ ਜਿਵੇਂ ਆਹ ਲਾਈਟ ਹੋਇਆ ਪਿਆ, ਇੰਨਾ ਕਰ ਦਿੰਦੇ ਨਾ ਆਪਾਂ ਵੇਖੋ, ਮਾਫ ਕਰ ਦਿੰਦਾ ਮੈਂ ਜਿੰਨਾ ਜਿੰਨਾ ਹੋਣਾ ਆ। ਕਿੰਨਾ ਕੁ ਗਰਾਫ ਲੱਗ ਜਾਣੇ ਇਹਦੇ? ਘੱਟ ਲੱਗਣੇ, ਜ਼ਿਆਦਾ ਲੱਗਣਗੇ? ਠੀਕ ਠੀਕ ਹੈ ਜੀ, ਲੱਗ ਹੀ ਜਾਣੇ 2000 3000 ਤਾਂ ਲੱਗ ਹੀ ਜਾਊ। ਘੱਟ ਨਹੀਂ, ਬਰੇਕਾਂ ਵੇਖ ਲਈ ਆ ਮੁੰਡਨ ਹੋ ਰਿਹਾ ਬਾਈ ਦਾ। ਬਸ ਇਹ ਤੋਂ ਬਾਅਦ ਭਾਈ ਨੇ ਕੁੜੀਆਂ ਹੀ ਸੈੱਟ ਕਰਨੀਆਂ ਹੁਣ, ਬਾਲ ਜਦੋਂ ਲੱਗ ਗਏ ਭਾਈ ਨੇ ਤੋਂ ਬਾਅਦ ਕਬੂਤ ਤਿਆਰ ਕਰਨੇ ਦੁਬਾਰਾ ਲਾਈਟਾਂ। ਜਦੋਂ ਬਾਈ ਦੇ ਬਾਲ ਆ ਗਏ 36 ਕਾਲਜ ਮੂਹਰੇ ਖੜ੍ਹ ਜਾ ਕਰਨਾ। ਡੀਏਵੀ ਯੂਨੀਵਰਸਿਟੀ ਚੱਲਾਂਗੇ ਆਪਾਂ, ਆ ਫੜੋ ਭਾਈ। ਇੱਥੇ ਰੱਖਣਾ ਬਾਈ, ਅਸੀਂ ਵੀ ਲੁਧਿਆਣੇ ਜਾਵਾਂ ਬਾਈ।
ਮੁੰਡਨ ਹੋ ਗਏ ਤੇ ਫਿਰ ਇੱਥੇ ਵੀ ਕੇਸ ਰੱਖ ਲਿਆ ਤੇ ਫਿਰ ਐਡਜਸਟ ਕਰਨਾ ਹੋ ਗਿਆ ਔਖਾ ਹੋ ਗਿਆ ਤਾਂ ਕਰਕੇ ਸ਼ਸ਼ੀ ਕਪੂਰ ਭਈਆ ਗੱਡ ਗਿਆ ਹਾਂ ਬਸ ਘਰ ਹੋਣਾ ਭਾਈ ਜੇ ਇਹਨੂੰ ਮਾੜੀ ਮੋਟੀ ਦੁੱਖ ਤਕਲੀਫ ਹੋਈ ਨੂੰ ਸਾਹ ਲੈ ਜਾਂਦੇ ਥੋੜਾ ਜਿਹਾ ਸਹੀ ਗੱਲ ਆ ਭਾਈ ਭਾਈ ਨੇ ਲਾਚ ਨੀ ਜਾਂਦਾ ਪਾਉਂਦਾ ਇਹਨਾਂ ਮੁੰਡਾ ਨਹੀਂ ਕਰਦਾ ਹੁੰਦਾ ਬੰਦਾ ਬਾਲ ਪਵਾ ਕੇ ਹੁੰਦੇ ਮੁੜ ਕੇ ਲਾਲ ਭਾਈ ਲਾਲ ਕੱਪੜੇ ਦੇ ਦਿਨੇ ਬਾਲ ਜਾਂਦੇ ਇੰਨੀ ਦਰਦ ਨਹੀਂ ਹੋਣੀ ਚਾਹੀਦੀ ਯਾਰ ਉਹਦਾ ਹੁਣ ਪਤਾ ਲੱਗੂਗਾ ਯਾਰ ਜਾ ਕੇ ਪਤਾ ਲੱਗੂ ਜਿੱਦਾਂ ਇਹ ਟੈਟੂ ਬਣਾਉਣਾ ਨਹੀਂ ਹੁੰਦਾ ਕਾਲੀ ਕਾਲੀ ਬਣਦਾ ਵਾ ਟੈਟੂ ਹੀ ਬਣਾ ਲੈਂਦਾ ਸਿਰ ਤੇ ਹੈਲੋ ਮਾਈ ਫ੍ਰੈਂਡਸ ਲੱਗੀ ਦੇਖੋ ਕਿੱਦਾਂ ਖੜੇ ਹੋ ਜਦੋਂ ਤੁਸੀਂ ਵੀ ਤੁਹਾਡੀ ਵੀ ਵਾਰੀ ਆਉਣੀ ਆ ਬਾਈ ਲੈਣ ਬਣਨ ਲੱਗੀ ਬਾਈ ਦੀ ਮਾਰਕਰ ਨੀਚੇ ਨੀਚੇ ਵਾਲੇ ਪਾਸੇ ਜਾਇਓ ਇਹਦੇ ਜ਼ਖਮ ਕਿੰਨੀ ਕੁ ਦੇਰ ਤੱਕ ਸੈੱਟ ਹੋ ਜਾਂਦੇ ਭਾਈ ਹੌਲੀ ਹੌਲੀ ਹੋ ਜਾਂਦੇ ਸਾਰੇ 10-12 ਦਿਨ ਚ ਹੋ ਜਾਂਦੇ ਹੌਲੀ ਹੌਲੀ ਹੋ ਜਾਂਦੇ ਤੂੰ ਮਹੀਨਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਹੁਣ ਤੂੰ ਨਹੀਂ ਆਏ ਨਾ ਮਹੀਨਾ ਨਹੀਂ 10-12 ਦਿਨ ਦਸ ਬਾਰਾਂ ਦਿਨ ਵੀ ਨਹੀਂ ਹੁਣ ਕਰਾ ਕੇ ਘੁੰਮੋ ਫਿਰੋ ਜਿਵੇਂ ਮਰਜ਼ੀ ਅੱਛਾ ਜੀ ਇਹ ਤੁਸੀਂ ਗੱਲ ਗਲਤ ਕਹਿਤੀ ਨਹੀਂ ਨਹੀਂ ਤਾਂ ਹਫ਼ਤਾ ਰਹਿ ਘਰੇ ਬੈਠਣ ਨੂੰ ਕਹਿੰਦੇ ਸੀਗੇ ਲਾ ਕੇ ਹਫ਼ਤਾ ਘਰੇ ਤਾਂ ਬੈਠਾਂਗੇ ਨਹੀਂ ਉਹ ਤਾਂ ਹੁੰਦਾ ਜੀ ਕੋਈ ਜ਼ਿਆਦਾ ਵੋਲਟੇਜ ਹੋਵੇ ਹੁਣ ਤੁਹਾਨੂੰ ਕੀ ਹੈ ਘੁੰਮੋ ਫਿਰੋ ਤੁਸੀਂ ਜੀ ਬੈਟਮੈਨ ਵਾਲਾ ਸਾਈਨ ਛਪ ਗਿਆ ਸੀ ਉੱਤੇ ਕੀ ਛਪ ਗਿਆ ਹਾਂਜੀ ਬੈਟਮੈਨ ਵਾਲਾ ਅਜੀਬ ਜਾਨ ਨੂੰ ਗੱਡੀ ਵੀ ਲੈ ਕੇ ਜਾਣਾ ਇੱਥੇ ਰੱਖਣਾ ਗੁਲਸ਼ਨ ਵੀ ਅਬ ਤੋ ਦੀਵਾਨਾ ਲਗਤਾ ਹੈ ਜਾਇਆ ਸੜਿਆ ਦੁਬਾਰਾ ਹੁਣ ਜਾ ਕੇ ਜਾ ਅਸੀਂ ਉੱਤੇ ਚੱਲੇ ਹਾਂ ਬਹਿ ਜਾਵੇ ਉੱਥੇ ਲੱਗੀ
ट्रीटमेंट होने लगा अहीं बाहर आ गए ਤੇ ਗੱਡੀ ਪੂਰੀ ਭੈਣ ਚ ਜਾਲੀਆਂ ਜੁਲੀਆਂ ਲਾ ਕੇ ਕਵਰ ਕਰ ਲਈ ਅੱਗੋਂ ਮੈਂ ਜਵਾਹ ਲਾ ਲਈ ਚਾਦਰ ਤੇ ਉਹ ਦੇਖੋ ਮਸਤੀ ਪੂਰੀ ਭੈਣ ਸੋ ਜੋ ਭੈਣ ਜਦੋਂ ਰਾਤ ਦੇ ਸੁੱਤੇ ਨੀ ਆ ਗਏ ਡੈਡ ਹੋ ਜਾਓ ਚੰਗਾ ਬਾਈ ਓਕੇ ਜਦੋਂ ਉਹਦਾ ਆਪਰੇਸ਼ਨ ਹੋ ਗਿਆ ਤੁਹਾਨੂੰ ਉਦੋਂ ਦਿਖਾਉਂਦੇ ਹਾਂ ਰਾਤ ਦੀ ਵਾਰਦਾਤ ਹੋ ਗਈ ਕਹਿੰਦੇ ਰਾਤ ਵਾਰਦਾਤ ਵੀ ਕੀਤੀ ਅਸੀਂ ਉਹ ਤੁਹਾਨੂੰ ਨਹੀਂ ਸਕਦੇ ਚਲੋ ਠੀਕ ਆ ਥੋੜ੍ਹੀ ਦੇਰ ਸੋ ਜਾਈਏ ਫਿਰ ਉੱਠ ਕੇ ਮਿਲਦੇ ਆ ਜਾਲੀਆਂ ਲਾ ਕੇ ਦੋ ਦੋ ਘੰਟੇ ਤਿੰਨ ਤਿੰਨ ਦੋ ਤਿੰਨ ਘੰਟੇ ਤਾਂ ਆਪਾਂ ਸੋ ਲਏ ਭਾਈ ਮੈਂ ਤਾਂ ਸੁੱਤਾ ਹੀ ਨੀ ਜੱਜ ਨਾਲ ਤੂੰ ਸਾਲਿਆ ਸੁੱਤਾ ਪਿਆ ਆਰਾਮ ਨਾਲ ਕੁਛ ਭਾਈ ਦੇ ਹਿੱਲੇ ਹੀ ਨਾ ਜਮਾ ਤੂੰ ਸਾਲਿਆ ਕੀ ਲਾਲੂ ਪ੍ਰਸਾਦ ਯਾਦ ਬਣਿਆ ਡਾਕਟਰ ਨੇ ਜੇ ਬੜਾ ਜਿਹਾ ਵੀ ਬੋਲਿਆ ਉੱਤੇ ਗਏ ਭਾਉਣੇ ਡਾਕਟਰ ਆ ਗਏ ਸਾਰੇ ਇਹ ਉੱਤੇ ਜਾ ਕਹਿੰਦਾ ਆਪਰੇਸ਼ਨ ਹੋ ਰਿਹਾ ਕਹਿੰਦਾ ਹਾਂਜੀ ਕਹਿੰਦਾ ਓਕੇ ਥੈਂਕ ਯੂ 250 ਰੁਪਏ ਫੜ ਲਿਆ ਨਾਲ ਗਾਲੀਏ ਢੰਗ ਆਪਰੇਸ਼ਨ ਹੋ ਰਿਹਾ ਤਾਂ 250 ਮੰਗ ਲਓ ਖਿਲਾ ਰਹੇ ਉਹਨੂੰ ਕਹਿ ਗੂਗਲ ਪੇ ਕਰ ਪਹਿਲਾਂ ਮੈਂ ਕਹਿੰਦਾ ਚਲੋ ਕੁਛ ਖਾ ਆਈਏ ਫਿਰ ਆਪਾਂ ਹੀ ਚੱਲ ਫਿਰ ਆ ਚਾਦਰ ਦਾ ਚੱਕੋ ਮਾਮਾ ਜਿਹੜੀ ਅੱਗੇ ਰੱਖੀ ਆ ਚਾਦਰ ਚੱਕਦੇ ਯਾਰ ਪੰਜ ਜਿਹੜੀ ਉੱਥੇ ਅੱਗੇ ਰੱਖੀ ਆ ਤੇ ਜਾਲੀਆਂ ਲਾ ਦੋ ਸਾਰੀਆਂ ਹੁਣ ਚੱਲੀਏ ਜਾਲੀ ਲਾ ਦੋ ਯਾਰ ਚਲੋ ਜੀ ਹੁਣ ਆਪਾਂ ਕੁਛ ਖਾਈਏ ਭੁੱਖ ਲੱਗੀ ਆ ਜੀ ਬਹੁਤ ਜ਼ਿਆਦਾ ਖਾਣ ਪੀਣ ਨੂੰ ਪੁੱਛ ਲੱਭ ਲਈਏ ਚਲੋ ਜੀ ਖਾ ਪੀ ਆਈਏ ਬਾਅਦ ਪੈਸੇ ਲੈ ਲਾਂਗੇ ਸੈਵੀ ਤੋਂ ਲੈ ਲੈਣੇ ਦੇਖੀ ਚੱਲ ਆਪਾਂ ਤੇ ਫਾਈਨਲੀ ਉਸ ਤੋਂ ਆਪਾਂ ਨੂੰ ਨਾਨ ਵਾਲਾ ਮਿਲ ਚੁੱਕਾ ਤੇ ਹੁਣ ਆਪਾਂ ਨਾਨ ਖਾ ਲਈਏ ਤੇ ਬਹੁਤ ਭੁੱਖ ਲੱਗੀ ਆ ਰਾਤ ਦਾ ਕੁਛ ਖਾਧਾ ਨੀ ਗੱਡੀ ਦੀ ਸੁੱਤੇ ਪਈ ਆਪਾਂ ਤੇ ਹੁਣ ਆਪਾਂ ਸੌਣ ਲੱਗੇ ਨਾਨ ਚੰਗੀ ਤਰ੍ਹਾਂ ਰਾੜ ਦੀ ਮੇਰਾ ਭਰਾ ਕਰਾਰੇ ਜੇ ਕਰਦੀ ਮੂੰਹ ਤਾਂ ਚੈੱਕ ਕਰ ਇੱਕ ਵਾਰੀ ਆਪਣਾ ਚੈੱਕ ਆਵੇ ਬਾਹਰ ਕਿਧਰ ਜਾਉਂਦਾ ਹੈ ਉਧਰ ਉਧਰ ਆਈ ਨਾਨ ਵਾਲਾ ਸਿਸਟਮ ਮੁੱਕੇ ਰਿਪੋਰਟਿਆ ਆਲੂ ਉਹ ਲੱਗੇ ਸੋ ਕਹਿੰਦੇ ਮਿੱਤਰਾ ਨਾਨ ਖਾ ਲਏ ਆ ਨਾਨ ਖਾ ਕੇ ਢਿੱਡ ਬਾਹਰ ਆ ਗਏ ਸਾਰਿਆਂ ਦੇ ਉਹ ਚੈੱਕ ਕਰੋ ਉਹਦਾ ਢਿੱਡ ਚੈੱਕ ਕਰੋ ਤੇ ਹੁਣ ਵਾਰੀ ਆ ਗਈ ਚਾਹ ਦੀ ਚਾਹ ਪੀਵਾਂਗੇ ਤੋਂ ਬਾਅਦ ਫਿਰ ਜਿੱਥੇ ਉਹਦਾ ਚੱਲ ਰਿਹਾ ਟ੍ਰੀਟਮੈਂਟ ਟ੍ਰੀਟਮੈਂਟ ਉਹਦਾ ਕੀ ਮਾਰਤਾ ਟ੍ਰੀਟਮੈਂਟ ਕਹਿੰਦੇ ਉਹਦੇ ਵਾਲਾਂ ਦਾ ਹੋ ਚੁੱਕਾ ਜੀ ਮਿੱਤਰੋ ਬਾਕੀ ਹੁਣ ਤੁਹਾਨੂੰ ਜਾ ਕੇ ਦਿਖਾਵਾਂਗੇ ਟ੍ਰੀਟਮੈਂਟ ਕਿੱਦਾਂ ਦਾ ਹੋਇਆ ਕੀ ਹਿਸਾਬ ਕਿਤਾਬ ਆ ਉਹ ਆਪ ਆਪਣੇ ਮੂੰਹੋਂ ਤੁਹਾਨੂੰ ਦੱਸੂਗਾ ਕੀ ਕਹਿਣਾ ਚਾਹੁੰਦਾ ਉਹਨੂੰ ਕੁਛ ਨੀ ਕਹਿਣਾ ਚਾਹੁੰਦਾ ਯਾਰ ਚਲੋ ਚੱਲੀ ਸੈਵਨ ਕੋ ਉੱਠ ਜਾ ਬਸ ਬਹੁਤ ਹੋ ਗਿਆ ਬਸ ਹੁਣ ਜਿੰਨੇ ਕੁ ਲੱਗ ਗਏ ਠੀਕ ਹੈ ਬਾਕੀ ਘਰੇ ਲਾ ਦਾਂਗੇ ਚਲੋ ਜੀ ਹੁਣ ਅੱਗੇ ਜਾਂਦੇ ਹਾਂ ਉਹਨੂੰ ਦਿਖਾਉਂਦੇ ਹਾਂ ਉਹਨੂੰ ਚਾਹ ਪੀ ਲਈਏ ਤੇ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਖਾ ਪੀ ਕੇ ਹਸਪਤਾਲ ਦੇ ਬਾਹਰ ਨੂੰ ਤੇ ਬੰਦਾ ਸਾਡਾ ਫ੍ਰੀ ਕਰਤਾ ਡਾਕਟਰ ਸਾਹਿਬ ਨੇ 6 ਘੰਟਿਆਂ ਦੇ ਵਿੱਚ ਪੂਰਾ 6 ਘੰਟੇ ਟ੍ਰੀਟਮੈਂਟ ਚੱਲਿਆ ਛੇੜਖਾਨੀ ਤਾਂ ਨੀ ਕੀਤੀ ਪੁੱਛਦੇ ਆ ਹੱਥ ਹੁੱਥ ਤਾਂ ਨੀ ਲੈ ਕਿਤੇ ਜੋ ਮਰਜ਼ੀ ਆ ਡਾਕਟਰ ਦੀ ਸੂਈ ਰੋਕ ਕੇ ਬੰਦੇ ਨੇ ਪਹਿਲਾਂ ਰੀਲ ਜ਼ਰੂਰ ਪਾਈ ਹੈ ਹਾਂ ਇਹ ਤਾਂ ਹੈ ਅੰਦਰ ਬੈਠੇ ਡਾਕਟਰ ਨੂੰ ਕਹਿਣਾ 2 ਮਿੰਟ ਨਾਲ ਹੀ ਖੋਲ ਕੇ ਰੀਲ ਪੋਸਟ ਕਰਕੇ ਹੁਣ ਸੂਈਆਂ ਲਾ ਦੋ ਤੇ ਬਾਕੀ ਉਹਨੂੰ ਪੁੱਛਦੇ ਆ ਹੁਣ ਕੀ ਚੱਕਰ ਸੀਗਾ ਕਿੰਨਾ ਕੁ ਦੁੱਖ ਤਕਲੀਫ ਹੋਈ ਆ ਤੇ ਜੇ ਤੁਸੀਂ ਵੀ ਕਿਸੇ ਨੇ ਲਵਾਉਣੇ ਆ ਤੇ ਆਪਣਾ ਆਹ ਸੈਵੀ ਦਾ ਤੁਹਾਨੂੰ ਆਈਡੀ ਦੇ ਦੂੰ ਥੱਲੇ ਇਹਨੂੰ ਮੈਸੇਜ ਕਰਕੇ ਪੁੱਛ ਲਿਓ ਇਹ ਆਪ ਵੀ ਲਾ ਸਕਦਾ ਜੇ ਇਹਨੇ ਆਪਰੇਸ਼ਨ ਆਪ ਦੇਖਿਆ ਹੋਵੇ ਇਹਨੂੰ ਪਤਾ ਲੱਗ ਗਿਆ ਹੋਵੇ ਆਪ ਇਹ ਪੱਟ ਕੇ ਲਾ ਸਕਦਾ ਇਹ ਵਾਲ ਤੇ ਤੁਸੀਂ ਭਾਈ ਕਦੋਂ ਲਵਾਉਣੇ ਫਿਰ
अपने ग्राफ ग्रूफ ने अपने पार्क पूर्क ही लगे ਕੀ ਉਹਦਾ ਹਾਲਾਤ ਆ ਦੇਖ ਕੇ ਤੁਹਾਨੂੰ ਦਿਖਾਵਾਂਗੇ ਤੇ ਉਹ ਆਪ ਦੱਸੂਗਾ ਆਪਣੇ ਮੂੰਹੋਂ ਜਵਾਨੀ ਠੀਕ ਹੈ ਜੀ ਸਾਨੂੰ ਤਾਂ ਕੁਛ ਪਤਾ ਨਹੀਂ ਆਪਾਂ ਤਾਂ ਗੱਡੀ ਸੋ ਗਏ ਸੀ ਦੁੱਖ ਦਰਦ ਉਹਦੀਆਂ ਵਾਲੀਆਂ ਰੱਖੇ ਸਾਂਭ ਕੇ ਉਹ ਸਾਲੇ ਉਹਦੀਆਂ ਵਾਲੀਆਂ ਆਹੋ ਹੈਗੀਆਂ ਮੇਰੇ ਕੋਲ ਠੀਕ ਹੈ ਓਕੇ ਜੀ ਆ ਗਿਆ ਜੀ ਆ ਗਿਆ ਬੰਦਾ ਸਾਡਾ ਬਾਹਰ ਆ ਗਿਆ ਜੀ ਡਾਕਟਰ ਸਾਹਿਬ ਵੀ ਨਾਲ ਜੀ ਕਿਆ ਬਾਤ ਹੈ ਯਾਰੀ ਗੁੜੀ ਪੈ ਗਈ ਡਾਕਟਰ ਸਾਹਿਬ ਨਾਲ ਭਰਾ ਜਾ ਜਾ चल फिर गल बात करिये वार्तालाप करिये माड़ा जे बह के दो मिनट इन पुछे की सीन सीगा आंदी भाई ओके है जी तीन स्टेप हो सारे टीके लाए इंसुलिन ला ला के सुन किया फिर दर्द होंगी मेन ठीक है उस तों बाद फिर उन्होंने मशीन चलाई मतलब होल करने होल अच्छा होल की ते तीजा स्टेप सीगा जेड़ियां रूट्स लानियां रूट्स लातियां उन्हें परे दस्या भैन जो टच टुच ना कराई कहिंदा रखे होए ने इह उपर जे रगड़ पै गई तां निकल जाणे आ भैण जो कम करा फेर की कुछ नहीं दवाई दित्ती परहेज की कित क्या ने बस एदा ही परहेज दस्या सिर दा खाना पीना कोई परहेज नहीं खाना पीण दा नहीं कोई जो मर्जी खाओ पियो ते दवाई 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 दस्सी व्हाट्सएप करियो उहने लेनी आ स्प्रे करनी 15-15 मिंट बाद अच्छा ते दवाई काहदी आ उहो दवाई पता नहीं काहदी आ गब्बों चीर कढ के तेरे हमने किया है जीवन अपना सारा गुलशन भी तो अब वीराना लगता है चलो जी और चलिए ते चलो गाइस ते हुण साडा काम हो गया अहीं वी भैन चो गड्डी सुते रहे आ इहदे वांगू फुद्दू बन के ते हुण आपां चलिए घरे जाके सोईए चलो ठीक है जी बाकी साहिबी दा जो महीने के बाद रिजल्ट होया तुहानू जरूर दिखावांगे सारयां नू ते हुण आपां चलीए ते व्लॉग नू करदे आं खतम बाय लव यू टाटा इहदी शक्ल चैक कर लो चंगा जी चंगा जी चंगा जी चंगा ओके जी।